ਹੈਲੋ ਸਟੂਡੈਂਟਸ 9ਵੀਂ ਕਲਾਸ ਦੇ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰਪੂਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਮੇਰੀ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਕਰਾਂਗੇ ਐਕਸਰਸਾਈਜ਼ 7.1 ਦਾ ਕੁਐਸਚਨ ਨੰਬਰ 6 ਯਾਨੀ ਕਿ 7.1 ਅਭਿਆਸ ਦਾ 6ਵਾਂ ਪ੍ਰਸ਼ਨ ਕਰਾਂਗੇ ਰਕਮ ਉਹਦੀ ਹੈਗੀ ਆ ਚਿੱਤਰ 7.21 ਵਿੱਚ AC AE, AB -AE, AD ਅਤੇ ਕੋਣ BAD AEC ਹੈ ਸਿੱਧ ਕਰੋ BC DE ਠੀਕ ਹੈ in figure 7.21 ac is equal to ae ab is equal to ad and angle bad is equal to angle aes show that bc is equal to de theek hai ye figure ta kitaab de vich vi as it is hi hai ida number 7.21 hai theek hai ede vich sanu eh wale side jehdi hai ede equal ditti hai dekho matlab same edate sign hai te etthe jehde do sign laggeya ede ate do laggeya ਇਟ ਮੀਨਸ ਕਿ AC AE ਦੇ ਬਰਾਬਰ ਹੈ ਠੀਕ ਹੈ ਇਹ ਸਾਨੂੰ 기ਵਨ ਹੈ AC AE ਐਂਡ AB AD ਉਸ ਤੋਂ ਬਾਅਦ ਇਹ ਵਾਲਾ ਐਂਗਲ ਦਿੱਤਾ ਹੈ ਇਹ ਇੰਨਾ ਹੀ ਸਾਈਜ਼ ਐਂਗਲ ਦਾ ਇਧਰ ਇਹ ਵਾਲਾ ਐਂਗਲ ਇਹ ਦੋਨੇ ਇਕੁਅਲ ਹੈ ਠੀਕ ਹੈ ਹੁਣ ਅਸੀਂ ਪ੍ਰੂਵ ਕੀ ਕਰਨਾ ਹੈ ਕਿ ਇਹ ਲਾਈਨ ਹੈ ਜਿਹੜੀ ਇਹ BC ਇਹ ਕਿਹਦੇ ਇਕੁਅਲ ਹੈ DE ਦੇ ਠੀਕ इन्हों प्रूव करने असं दो ट्रैंगगल्स लवेंगे एक लवेंगे बी ए सी ठीक है दूसरी लवेंगे डी ए ई दो ट्रैंगगल्स है ये साडा बी सी डी ई प्रूव होएगा इक्वल ठीक है पेल अस लिखते हैं तिकोण बी ए सी बी ए सी बी ए सी ठीक है एक लाइन आधर तो एक के दो लाइन याद रखना असी ए ट्रेंगल लैनी ठीक है बी तिकोण दूसरी असं कि लवेंगे डी ए ई इन ट्रैगल बी एंड ट्रेंगल डी ए ए ए। एना दोनों ट्रैगल की दिता है सब तो पहला ए बी ठीक है ए बी इज इक्वल टू ए डी एक गिवन है सू एज इक्वल टू ए डी ए सामने लिखा गिवन जितता है ਠੀਕ ਹੈ ਉਸ ਤੋਂ ਬਾਅਦ AC AE ਅਸੀਂ ਜਿਹੜੀ ਪੂਜਾ ਲਿਖਣੀ ਹੈ ਇਧਰਲੇ ਪਾਸੇ ਤਿਕੋਣ ਵੀ ਹੋਣੀ ਚਾਹੀਦੀ ਅਸੀਂ ਠੀਕ ਹੈ AC ਇਹਦੇ ਵਿੱਚ AC AE AE ਇੱਧਰ ਹੈ AB ਸਾਨੂੰ ਦਿੱਤਾ ਹੈ ਦੋ ਚੀਜ਼ਾਂ ਹੋ ਗਈਆਂ ਹੁਣ ਸਾਨੂੰ ਇੱਕ ਐਂਗਲ ਚਾਹੀਦਾ ਐਂਗਲ ਕਿਉਂ ਚਾਹੀਦਾ ਭੁਜਾ ਭੁਜਾ ਕਿਉਂ ਚਾਹੀਦੀ ਕਿਉਂਕਿ ਭੁਜਾ ਸ इक्वल ਪ੍ਰੂਵ ਕਰਨੀ ਹੈ BC ਇਹਦੀ ਭੁਜਾਇਆ ਤੇ DE ਦੂਸਰੀ ਤਿਕੋਣ ਦੀ ਭੁਜਾ ਇਹਨਾਂ ਨੂੰ ਅਸੀਂ ਇਕੁਅਲ ਪ੍ਰੂਵ ਕਰਨਾ ਹੈ ਠੀਕ ਹੈ ਇਹ ਦੇਖੋ ਸ਼ੋ ਕਰਨਾ ਕਿ ਇਹ ਇਕੁਅਲ ਹੈ ਠੀਕ ਹੈ ਹੁਣ ਸਾਨੂੰ ਇਹ ਵਾਲਾ ਐਂਗਲ ਆ ਦੇਖੋ ਇੱਥੇ ਇਹ ਵਾਲਾ ਐਂਗਲ ਇਕੁਅਲ ਦਿੱਤਾ ਇਹ ਵਾਲਾ ਐਂਗਲ ਇਹਦੇ ਇਕੁਅਲ ਦਿੱਤਾ ਪਰ ਸਾਡੇ ਕੋ ਤਿਕੋਣ ਦਾ ਜਿਹੜਾ ਐਂਗਲ ਹੈ ਉਹ ਕਿਹੜਾ ਬਣਦਾ ਹੈ ਟੋਟਲ ਸਾਡੇ ਕੋ ਤਿਕੋਣ ਦਾ ਐਂਗਲ ਇਹ ਬਣੇਗਾ ਇਹ ਵਾਲਾ ਇਹ ਵਾਲਾ ਇਦਾਂ ਇਹ ਐਂਗਲ ਬਣਦਾ ਇਹਦੇ ਵਾਸਤੇ ਸਾਨੂੰ ਇਹ ਹਿੱਸਾ ਚਾਹੀਦਾ ਇੱਥੇ ਇਹਨਾਂ ਹੋਰ ਇਹਦੇ ਨਾਲ ਵੀ ਤੇ ਜੇ ਅਸੀਂ ਇਹ ਵਾਲੀ ਤਿਕੋਣ ਲਵਾਂਗੇ ਤੇ ਇਹ ਇਦਾਂ ਬਣੇਗੀ ਸਾਡੇ ਕੋ ਇਹ ਵਾਲਾ ਐਂਗਲ ਚਾਹੀਦਾ ਸਾਨੂੰ ਠੀਕ ਹੈ ਇਹਨਾਂ ਦੋਨਾਂ ਐਂਗਲ ਦੇ ਵਿੱਚ ਇਹਦੇ ਵਿੱਚ ਵੀ ਤੇ ਇਹਦੇ ਵਿੱਚ ਵੀ ਜੇ ਅਸੀਂ ਇਹ ਹਿੱਸਾ ਜੋੜ ਦਈਏ ਇਦੇ ਵਿੱਚ ਇਹ ਜੋੜ ਦਈਏ ਤੇ ਇੱਥੇ ਚਲ ਜਾਏਗਾ। ਇਹਦੇ ਵਿੱਚ ਇਹ ਜੋੜ ਦਈਏ ਤੇ ਇੱਥੇ ਆ ਜਾਏਗਾ। ਫਿਰ ਇਹ ਦੋਨੇ ਐਂਗਲ ਜਿਹੜੇ ਆ ਅਸੀਂ ਇਕੁਅਲ ਪ੍ਰੂਵ ਕਰਕੇ ਤਾਂ ਤਿਕੋਣ ਨੂੰ ਅਸੀਂ ਕਾਂਗਰੈਂਟ ਕਰ ਸਕਦੇ ਹਾਂ। ਜਿਹੜੀਆਂ ਸਟੀਆਂ ਦੋ ਤਿਕੋਣਾਂ ਉਹਨਾਂ ਨੂੰ ਅਸੀਂ ਕਾਂਗਰੈਂਟ ਕਰ ਸਕਦੇ ਹਾਂ। ਠੀਕ ਹੈ। ਹੁਣ ਜਦੋਂ ਸਾਡੇ ਕੋਲ ਦੋ ਚੀਜ਼ਾਂ ਬਰਾਬਰ ਹੋਣ। ਦੋ ਬਰਾਬਰ ਚੀਜ਼ਾਂ ਪਈਆਂ ਇੱਧਰ ਤਿੰਨ ਪਈਆਂ ਮਤਲਬ ਮੈਂ ਤੁਹਾਨੂੰ ਅੰਕਾਂ ਹੀ ਦੱਸ ਦਿੰਨੀ ਇੱਧਰ ਤਿੰਨ ਪਈਆਂ। ਦੋਨੇ ਬਰਾਬਰ ਐ। ਇਹਦੇ ਵਿੱਚ ਕੋਈ ਇੱਕ ਬਰਾਬਰ ਚੀਜ਼ ਮੈਂ ਜੋੜ ਦਾਂ। ਕੋਈ ਵੀ ਬਰਾਬਰ ਲੈ ਲਓ। ਇਹ ਚ ਇੱਕ ਜੋੜ ਦਾਂ। ਇਹਦੇ ਵਿੱਚ ਇੱਕ ਜੋੜਨਾ ਤੇ ਇਹਨਾਂ ਤੇ ਬਰਾਬਰ ਹੀ ਰਹਿਣਗੇ ਨਾ ਕੋਈ ਫਰਕ ਨਹੀਂ ਨਾ ਪੈਂਦਾ ਇਹ ਚਾਰ ਇਧਰ ਹੋਗੇ ਚਾਰ ਇਧਰ ਹੋਗੇ ਇਦਾਂ ਹੀ ਜੇ ਆਹ ਐਂਗਲ ਤੇ ਇਹ ਐਂਗਲ ਬਰਾਬਰ ਆ ਆ ਇੱਕ ਸਾਂਝੀ ਚੀਜ਼ ਐ ਇੰਨੀ ਇਹ ਦੋਨਾਂ ਚ ਇਹਦੇ ਵਿੱਚ ਵੀ ਜੋੜ ਦੀਏ ਇਹਦੇ ਵਿੱਚ ਵੀ ਜੋੜ ਦੀਏ ਤੇ ਦੋਨੇ ਬਰਾਬਰ ਹੀ ਰਹਿਣੇ ਆ ਠੀਕ ਹੈ ਸੋ ਇੱਥੋਂ ਅਸੀਂ ਚਲਾਂਗੇ ਐਂਗਲ B A D ਪਲੱਸ ਪਲੱਸ ਕੀ ਕਰਾਂਗੇ ਅਸੀਂ ਏ ਬੀ ਏ ਡ ਬਣਿਆ ਇਹਦੇ ਵਿੱਚ ਅਸੀਂ ਇਹ ਪਲੱਸ ਕਰਨਾ ਇਹਦਾ ਨਾਮ ਕੀ ਬਣੇਗਾ ਡੀ ਏ ਸੀ ਠੀਕ ਹੈ ਐਂਗਲ ਡੀ ਏ ਸੀ ਕਿਹਦੇ ਬਰਾਬਰ ਹੋਏਗਾ ਐਂਗਲ ਕਿਉਂਕਿ ਬੀ ਏ ਡ ਸਾਨੂੰ ਕਿਹਦੇ ਬਰਾਬਰ ਦਿੱਤਾ ਹੈ ਈ ਐ ਸੀ ਦੇ ਠੀਕ ਹੈ ਈ ਏ ਸੀ ਪਲੱਸ ਐਂਗਲ ਡੀ ਏ ਸੀ ਇਹ ਦੋਨੇ ਬਰਾਬਰ ਸੀਗੇ ਸਾਡੇ ਇਹਨਾਂ ਦੇ ਵਿੱਚ ਅਸੀਂ ਇੱਕ ਬਰਾਬਰ ਜੋੜ ਦਿੱਤਾ ਠੀਕ ਹੈ ਇਹ ਫਿਰ ਬਰਾਬਰ ਹੀ ਰਹਿਣਗੇ ਬਰਾਬਰ ਹੋ ਕੇ ਦਾ ਨਾਂ ਕੀ ਬਣ ਜਾਏਗਾ BAC ਬਣ ਜਾਣਾ ਜਦੋਂ ਇਹਦੇ ਵਿੱਚ ਇਹ ਜੁੜ ਗਿਆ ਇਹ ਬਣ ਜਾਣਾ BAC ਠੀਕ ਹੈ ਦੇਰਫੋਰ ਐਂਗਲ BAC ਇਕੁਅਲ ਟੂ ਐਂਗਲ ਜਦੋਂ ਇਹਦੇ ਵਿੱਚ ਇਹ ਐਡ ਹੋ ਗਿਆ ਤਾਂ ਇਹ ਕੀ ਬਣ ਗਿਆ EAD ਠੀਕ ਹੈ EAD अच्छा ਹੁਣ ਇਹ ਸਾਈਡ ਹੋਗੀ ਇਹ ਵੀ ਸਾਈਡ ਹੋਗੀ ਇਹ ਐਂਗਲ ਹੋ ਗਿਆ ਇਹ ਸਾਈਡ ਇਹ ਸਾਈਡ ਦੇ ਵਿਚਕਾਰ ਇਹ ਐਂਗਲ ਆ ਦੇਖੋ ਇਹ ਸਾਈਡ ਦੇ ਇਹ ਸਾਈਡ ਦੇ ਵਿਚਕਾਰ ਇਹ ਐਂਗਲ ਆ ਤੇ ਸਾਡੀ ਪ੍ਰੋਪਰਟੀ ਕਿਹੜੀ ਬਣੀ ਕਿਹੜਾ ਕ੍ਰਾਈਟਰੀਆ ਬਣਿਆ ਸਾਈਡ ਐਂਗਲ ਸਾਈਡ ਦੇਰਫੋਰ ट्रायंगल बी ए सी ਇਜ਼ ਕੰਗਰੈਂਟ ਜਾਂ ਸਰਵੰਗ ਸਮ ਹੈ ਤਿਕੋਣ ਡੀ ਏ ਇਹ ਦੇ ਠੀਕ ਹੈ ਇਹ ਦੋਨੇ ਕਾਂਗਰੈਂਟ ਹੋ ਗਈਆਂ ਕਿਦਾਂ ਸਾਈਡ ਐਂਗਲ ਸਾਈਡ ਕ੍ਰਾਈਟੀਰੀਆ ਲਗ ਪੈ ਤੇ ਠੀਕ ਹੈ ਹੁਣ ਜਦੋਂ ਇਹ ਬਰਾਬਰ ਇਹ ਕਾਂਗਰੈਂਟ ਹੋ ਗਈਆਂ ਠੀਕ ਹੈ ਇਹ ਸਰਵੰਗ ਸਮ ਹੋ ਗਈਆਂ ਦੋਨੇ ਤਿਕੋਣਾਂ ਸਾਡੇ ਕੋਲ ਤਾਂ ਫੇਰ ਕੀ ਹੋਏਗਾ ਇਹਦੀ ਭੁਜਾ BC ये देखो इतों इतने बी सी ए डी ई दे बराबर होएगी फोर बी सी इज इक्वल टू डी ई क्यों बराबर है सी पी सी टी कोरस्पोंडिंग पार्ट्स ऑफ कॉन्ग्रेंट ट्रैंगगल इस करके दोनों पजामा जड़िया बराबर हो गई यही असी प्रूव करना से, ठीक है क्वेश्चन कंप्लीट हो गया नेक्स्ट क्वेश्चन लिए असं अगली वीडियो मिलेंगे टिल दैन Bye-bye.